ज्यादा। ओ हेलो गाइस, की हाल चाल है जी? थोड़ा दिन में ब्लॉग ਦੇ ਵਿੱਚ ਤੇ ਆਈ ਹੋਪ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ। ਤੇ ਅੱਜ ਆਪਾਂ ਚੱਲੇ ਹਾਂ ਬਜੀਤਪੁਰ ਗੁਰਦੁਆਰਾ ਸਾਹਿਬ ਮੱਥਾ ਟੇਕਣ। ਤੇ ਲਾਸਟ ਸੰਡੇ ਵੀ ਤੁਸੀਂ ਵੇਖਣਾ ਵਲੌਗ, ਲਾਸਟ ਸੰਡੇ ਵੀ ਗਏ ਸੀਗੇ। ਤੇ ਲਾਸਟ ਸੰਡੇ ਨਾ ਆਪਣੀ ਵੀਡੀਓ ਦੀ ਆਵਾਜ਼ ਜੋ ਸਹੀ ਨਹੀਂ ਆਉਂਦੀ ਪਈ ਸੀਗੀ, ਇਸ ਲਈ ਮੈਂ ਇੱਥੇ ਇੱਕ ਮਾਈਕ ਲਗਾਇਆ ਵੀ ਹੋਇਆ। ਤੇ ਚਲੋ ਜੀ ਚੱਲਦੇ ਹਾਂ ਆਪਾਂ ਨੂੰ ਡਿੱਕੀਆਂ ਦੇ ਰਾਹ ਦੇ ਵਿੱਚ। ਓ ਇਹ ਤਾਂ ਉਹ ਹੀ ਓਏ ਕੁੱਤਾ ਨਹੀਂ ਜਿਵੇਂ ਇਕਦਾਂ ਖੜਾ ਰਹਿੰਦਾ ਹੁੰਦਾ ਤੇ ਵੇਖ ਕੇ ਸਾਧਨ ਮੂਰ ਨੂੰ ਭੱਜ ਗਏ, ਉਹ ਗੱਲ ਦੇ ਦੇ ਕਹਿ ਕੇ ਨਾ ਮੈਨੂੰ ਗੁਰਦਾ ਰਹੇਗਾ। ਨਾਲੇ ਪਾਣੀ ਭਰਾਉਂਦੇ ਆ। ਦੂਜੀ ਕਾਰ ਜੀ ਲਾ, ਦੂਜੀ ਹੈ ਕੀ ਕਹਿੰਦੇ ਤੈਨੂੰ, ਵੈਗਨਰ ਵੈਗਨਰ ਆਹ ਚਾਹੀਦੀ ਹੈ। ਮਰੂਤੀ 70 ਮੰਗਦੇ ਸੀ ਭੈਣ। ਓਏ ਫੇਰ ਯਾਰ ਉਹੀ ਹੋ ਗਿਆ, ਲੌਂਕ ਗਿਆ ਪਾਣੀ ਦੇ ਉੱਤੇ ਦੀ ਪੈਰਟ ਪਾਉਣਾ ਪੈ ਗਿਆ ਮੈਨੂੰ। ਮੜਾ ਉਹ ਕਰ ਲੋ ਜੇ ਮੜਾ, ਬਾ ਨਹੀਂ ਡਿੱਗਦਾ ਏ ਇਹਨੂੰ ਤਾਂ ਹੱਥ ਪਾਸਾ ਹੈ। ਲੈ ਜਾਣੇ ਹੱਲ ਇਹ ਨਹੀਂ ਜਾਣਾ ਤਾਂ ਆ ਕੀੜਾ ਬਣਾ, ਨਹੀਂ ਨਹੀਂ ਕੀੜਾ ਬਣਾ ਕੀ ਨਾ ਬਣਾ ਯਾਰ, ਨੇ ਵੀਡੀਓ ਥੋੜੇ ਤੈਨੂੰ ਮੈਂ ਕੀਤਾ ਤੇਰਾ ਦਲਤਾਲ। ਦੂਜਾ ਕਿੱਥੇ ਆ ਬਈ? ਆਇਆ ਹੁਣ ਵੀ ਕੱਢ ਲੈ ਕਿੰਨੀ ਨੂੰ ਕਿੰਡੀ ਨੂੰ ਚਾਰ ਮੁੜ ਸੰਦੇ ਆ ਵੇਖ ਲਓ ਕੁੰਡੀ ਲਾਉਂਦੇ ਆ। ਪਹਿਲਾਂ ਤਾਂ ਮੈਂ ਵੀਡੀਓ ਬਣਾ ਲਿਆ, ਕਦੇ ਪਿੱਛੇ ਨੀ ਹੁੰਦਾ। ਇਹ ਸਾਰੇ ਬਸਤੀ ਵਾਲੇ ਮੁੰਡੀਆਂ ਲਾਉਂਦੇ ਆ ਇੱਥੇ। ਮੈਂ ਦੱਸ ਦੇਣਾ ਚਾਹੁੰਦਾ ਜੇ ਕੋਈ ਮੇਰਾ ਵਲੌਗ ਕੋਈ ਗਾਂਹ ਦੀ ਗਾਂਹ ਪਹੁੰਚੇ ਨਾ, ਇੱਕ ਬਾਅਦ ਮਿਲਣਾ ਨਾ ਮੈਂ ਸਾਰਿਆਂ ਨੂੰ। ਥੋੜੀ ਕਿੱਥੇ ਲੱਗੀ ਗੁੰਡੀ? ਕੁੰਡੀ ਲਾਉਂਦੇ ਗਲਤ ਗੱਲ ਹੈ ਯਾਰ, ਸਾਡਾ ਆ ਰਿਹਾ ਮੀਟਰ ਤੇ ਮੀਟਰ ਦੇ ਵਿੱਚ ਕੁੰਡੀ ਹੈ ਸਾਡੀ। ਮੈਨੂੰ ਨਹੀਂ ਨਹੀਂ ਹਾਂ ਮੈਨੂੰ ਨਹੀਂ ਜੀ ਤੈਨੂੰ ਦੇਖ ਨਹੀਂ ਨਹੀਂ ਅਸੀਂ ਕੁੰਡੀ ਲਾਉਂਦੇ ਨਹੀਂ। ਰਾਈਟ ਆਉਂ ਲੰਦੇ ਕੁੰਡੀ ਉਹ ਇੱਕ ਬੰਦਾ ਹੋਰ ਡੱਕ ਲਿਆ ਕਿੰਡੀ ਕਰਦੇ ਆਏ ਵਲੌਗ ਵਾਲਿਆਂ ਨੂੰ ਆਏ ਤੂੰ ਅੱਜ ਫੇਰ ਉਹੀ ਪਹਿਲੇ ਕੱਲ ਉਦਣ ਟਾਈਮ ਕਰਵਾ ਲਾ, ਉਦਣ ਵੀ ਇੰਨਾ ਟਾਈਮ ਹੀ ਹੋ ਗਿਆ ਸੀ ਆਪਾਂ ਨੂੰ। ਉਦਣ ਤੂੰ ਵੀ ਉਦਣ ਵੀ ਨਹਾਉਣਾ ਸੀ, ਤੂੰ ਉਦਣ ਵੀ ਅਸੀਂ ਲੇਟ ਹੋਏ ਸੀ ਆਪਾਂ। ਉਹ ਕਿੱਧਰ ਗਏ ਹੁਣ? ਤੋਰਨ ਲੱਗੇ ਟਾਈਮ ਦਾ ਕਿੰਨਾ ਹੋ ਗਿਆ ਪਤਾ? ਕਿੰਨਾ ਹੋ ਗਿਆ? 8 ਵੱਜਣ ਵਾਲੇ ਆ, 7:30 ਉੱਪਰ ਹੋ ਗਏ। ਮੈਂ ਤਾਂ ਕਿਤੇ ਹੁਣ ਫੇਰ ਕਿਤੇ ਕੰਮ ਚੱਲਿਆ ਤੂੰ ਬਹਿ ਆਣ ਦੇ ਨੂੰ ਜਾ ਯਾਰ ਬਸ। ਕੋਈ ਨੀ ਕੋਈ ਨੀ
ਸਾਰੇ ਲੈ ਗਏ ਤੋਰ ਗਏ ਮੈਨੂੰ ਦੱਸ ਗਿਆ ਉਦਣ ਵੇਖ ਲਾ ਤੇ ਹੁਣ ਵੇਖ ਲਾ ਲਾਈਟਾਂ ਹੁਣ ਲੇਟ ਬਹੁਤ ਕਰਾ ਦੇਣਾ ਤੇਲ ਤਾਂ ਵਧੀਆ ਪੰਪ ਨਾ ਪੈਟਰੋਲ ਬਾਅਦ ਚ ਤਾਂ ਉਹੀ ਕਰਨਾ ਇਹਨਾਂ ਨੇ ਪੰਜਾਬ ਕਰ ਲਾ ਵਿੱਚ ਕਿ ਪਤਾ ਹੀ ਹੁਣ ਲੱਗਾ ਨਾ ਇੱਥੇ ਜਾ ਕੇ ਬੜਾ ਟ੍ਰੈਫਿਕ ਹੁੰਦਾ ਮੇਰੇ ਯਾਰ ਮੇਰੇ ਆਂਟੀਆਂ ਅੰਕਲ ਮੈਨੂੰ ਤਾਂ ਗੱਡੀ ਖਰਾਬ ਹੋ ਗਈ ਨਹੀਂ ਯਾਰ ਅੱਜ ਤਾਂ ਬਹੁਤ ਫਰਕ ਆ ਅੱਗੇ ਨਾਲ ਲੈਟ ਇੱਧਰ ਹੋ ਗਈ ਮਤਲਬ ਕਿ ਤੂੰ ਮੰਨਦਾ ਵੀ ਤੂੰ ਕਨਵਿੰਸ ਕਰਦਾ ਵੀ ਤੂੰ ਝੋਨਾ ਲਾਉਣਾ ਮਤਲਬ 15 ਦਿਨ ਲਾਉਣੇ ਇਹਨੇ ਝੋਨੇ ਦੇ ਨਾਲੇ ਨਾਲੇ ਆਪਣੇ ਆਪ ਵੱਡੇ ਭਰਾ ਦਾ ਵਿਆਹ ਜੂਗਾ ਆਹਾ ਜੂਨ ਤੋਂ ਬਾਅਦ ਜੂਨ ਤੋਂ ਜੁਲਾਈ ਤੋਂ ਕਰਾਓ ਵਿਆਹ ਤੇ ਮੈਨੂੰ ਪਤਾ ਨਾ 10-15 ਹਜ਼ਾਰ ਉਹ ਲੱਗ ਗਈ ਯਾਰ ਭਰਾ ਗਿਆ ਗਰਮੀ ਚ ਰਾਹੁਲ ਹੋਰੀ ਯਾਰ ਐਂਟਰ ਕਰ ਗਿਆ ਜੀ ਆਪਣੇ ਗੁਰਦੁਆਰਾ ਸਾਹਿਬ ਬਸ ਪਹੁੰਚਣ ਵਾਲੇ ਤੇ ਥੋੜੀ ਦੂਰ ਆ ਇੱਥੋਂ ਅਕਰ ਇੱਧਰ ਨਾ ਦੁਆਰਾ ਟ੍ਰੈਫਿਕ ਬਹੁਤ ਹੁੰਦਾ ਚਲੋ ਮਿਲਦਾ ਤੁਹਾਨੂੰ ਐਂਟਰੀ ਗੇਟ ਤੇ ਗੁਰਦੁਆਰੇ ਪਹੁੰਚ ਚੁੱਕੇ ਆ ਬਾਈਕ ਗਈ ਆ ਪਾਰਕ ਤੇ ਕਿੱਧਰ ਗਿਆ ਕਿੱਧਰ ਗਿਆ ਕਿੱਧਰ ਗਿਆ
ਅੱਜ ਮੈਨੂੰ ਲੱਗਦਾ ਗਾਈਸ ਫੇਰ ਨਹੀਂ ਮੱਥਾ ਟੇਕਣਾ ਸਾਡਾ ਪਹਿਲਾਂ, ਉਹ ਦਿਨ ਵੀ ਆਪਣਾ ਪਿਛਲੇ ਸੰਡੇ ਵੀ ਨਹੀਂ ਟਿਕਿਆ ਸੀਗਾ ਮੱਥਾ, ਅੱਜ ਇਹਨਾਂ ਕਰਕੇ ਅਸੀਂ ਫੇਰ ਲੇਟ ਆਇਆ, ਅੱਜ ਮੈਨੂੰ ਲੱਗਦਾ ਫੇਰ ਨਹੀਂ ਮੱਥਾ ਟੇਕਣਾ ਮੱਥਾ। ਚੱਲ ਕੋਈ ਨੀ, ਅੱਜ ਸਭ ਦੀ ਉੱਦਾਂ ਲਾਸਟ ਸੰਡੇ ਨਾਲ ਵੀ ਅੱਜ ਲੇਟ ਲਿਆਂਦਾ ਤੂੰ, ਅੱਜ ਮੈਨੂੰ ਲੱਗਦਾ ਮੁਸ਼ਕਲ। ਚਲੋ ਜੀ ਮੱਥਾ ਮੱਥਾ ਟੇਕ ਕੇ ਮਿਲਦੇ ਆ, ਤੁਹਾਨੂੰ ਨਾ ਭਰਾ ਵਾਲੀ ਗੱਲ, ਸਾਨੂੰ ਮੱਥਾ ਟੇਕਣ ਨੂੰ ਪੈਸੇ ਨੀ ਮਿਲੇ ਬਾਈ ਨੇ ਦਸ ਦਸ ਰੁਪਏ। ਮੈਂ ਲੱਗਦਾ ਅੱਜ ਵੀ ਬਾਬੇ ਨਾਲ ਮਿਲ ਕੇ ਸੁੱਖ ਵੀ ਆ ਦੂਰੀ ਯਾਰ ਵਾਲੇ, ਇਹ ਦੂਰੀ ਵਾਰ ਵਾਲੇ ਖਾਣੀ ਹਾਲੇ ਕੱਚ ਕੱਚ ਸ਼ਿਫਟ ਕੀਤੀ ਆ ਕੱਚ, ਦੱਸ ਲਿਫਾਫੇ ਚ ਬਈ ਫਿਰ ਘਰੇ ਵੀ ਅਸੀਂ ਸਾਰਾ ਫਿਰ ਇਹਦੇ ਸਹੁਰਿਆਂ ਤੇ ਵੀ ਭੇਜਣ ਨੇ ਬਾਈ ਦੇ ਬਾਈ ਦੇ ਸਹੁਰਿਆਂ, ਇਹ ਆਪ ਹੀ ਕਹੇ ਕਹੀ ਜਾਂਦਾ ਕਹਿੰਦਾ ਮੇਰੇ ਸਹੁਰਿਆਂ ਨੂੰ ਵੀ ਭੇਜਣੀ ਆ। ਚਲੋ ਦੱਸਾਂਗੇ ਲੰਗਰ ਵੀ ਛਕਾ ਦੀ, ਨਹੀਂ ਮੇਰੇ ਬਣਾਉਣ ਦੇ ਫੋਨ ਚਲਾਉਣ ਦੇ। ਚਲੋ ਜੀ ਆਪਾਂ ਬਾਅਦ ਚ ਮਿਲਦੇ ਹਾਂ ਜੀ ਗਾਈਸ, ਲੰਗਰ ਛਕ ਕੇ ਆ ਗਿਆ ਤੇ ਹੁਣ ਚੱਲੇ ਆ ਘਰ ਨੂੰ ਵਾਪਸ, ਫੇਰ ਅੱਜ ਲੇਟ। ਓ ਹੋਰ ਲਾਡੀ ਕਿਵੇਂ, ਅੱਜ ਪਿੰਡ ਵਾਲੇ ਆਏ ਫਿਰਦੇ ਆ। ਚਲੋ ਜੀ ਚੱਲੀ ਗਏ ਘਰੇ, ਚਲੋ ਜੀ ਚੱਲਦੇ ਆ ਵਾਪਸ ਘਰ ਨੂੰ ਕੇਰਾਂ ਪਾਰਕਿੰਗ ਚ। ਚਲੋ ਜੀ ਵੀਰ ਮੇਰਾ ਪਰਚੀ ਕਿਹਦੇ ਕੋਲ ਆ, ਪਰਚੀ ਨਹੀਂ ਦੇ ਦੇ ਪਰਚੀ ਇੱਥੇ ਲੱਗੀ ਹੁੰਦੀ ਮੋਟਰਸਾਈਕਲ ਚਲਾਓ ਬਾਜ਼ਾਰ ਤੇ, ਲੇਟ ਸੀ ਨਾ ਅੱਜ ਫਿਰ ਲੇਟ ਕਰਦਾ ਨਹਾਉਤਾ ਹੀ ਦੇਖ, ਅੱਗੇ ਤਾਂ ਆਪਾਂ ਪਤਾ ਕੀ ਕਰਿਆ ਕਰਨਾ, ਤੁਸੀਂ ਅੱਡ ਵਿਆਹ ਕਰਨਾ ਤੇ ਉਹਨਾਂ ਨੇ, ਮੈਂ ਅੱਡ ਵਿਆਹ ਕਰਨਾ ਬਾਈ ਤੂੰ ਮਨਹੂਸ ਆ, ਤੇਰੇ ਘਰ ਮਨਹੂਸ ਨਹੀਂ ਮਿਲਦੇਗੇ ਤੱਸੀ ਬਾਈ ਕਰ, ਇਹ ਕੋਈ ਨਹੀਂ ਆਪਾਂ ਦੇਖ ਲਾਂਗੇ ਟਰਾਈ ਕਰਕੇ, ਤੁਸੀਂ ਉਧਰ ਬਹਿ ਜਾਓ, ਤੁਸੀਂ ਉਧਰ ਬਹਿ ਜਾਓ ਜੀ ਦੋ ਜਣੇ, ਅਸੀਂ ਆ ਉਧਰ ਬਹਿ ਜਾਵਾਂਗੇ ਵੇਖ ਲਾਂਗੇ ਯਾਰ ਤੈਨੂੰ ਯਾਰ ਚੌਲ ਮਿਲਦੇ ਕਿ ਨਹੀਂ ਯਾਰ, ਜਦੋਂ ਵੀ ਅਸੀਂ ਆਈਦਾ ਨਾ ਤਾਂ ਪਿਛਲੀ ਵਾਰ ਪਹਿਲਾਂ ਵੀ ਮੰਗਦਾ ਰਹੇ ਨਾ, ਮੈਨੂੰ ਕਦੇ ਚੌਲ ਨਹੀਂ ਮਿਲੇ ਸੀ ਭਰਾ, ਸਾਨੂੰ ਤਾਂ ਮਿਲਦੇ ਸੀ ਉਹੀ ਅੱਖੀਆਂ ਨੇ ਨਾ ਸਾਨੂੰ ਮਿਲਦੇ ਸੀ, ਕੀ ਵਲੌਗ ਬਣਾ ਕੇ ਇੱਥੇ ਉਹ ਤੇ ਰਾਹ ਚੈਂਡ ਕਰਦਾ ਘਰੇ ਜਾ ਕੇ, ਮੈਨੂੰ ਯਾਦ ਕਰਾ ਦਿਓ ਪਿਛਲੀ ਵਾਰ ਤੂੰ ਯਾਦ ਨਹੀਂ ਕਰਾ ਸੀਗਾ, ਮੈਂਡ ਨਹੀਂ ਕੀਤਾ ਵਲੌਗ, ਉਹ ਦੁਕਾਨ ਇੱਥੇ ਲੱਗਾ ਹੀ ਨਹੀਂ ਇੰਨਾ ਬਾਜ਼ਾਰ। ਆਪਾਂ ਚੱਲਦੇ ਮੋਟਰਸਾਈਕਲ ਲੈ ਕੇ, ਚੱਪਲਾਂ ਵੀ ਉੱਥੇ ਆ, ਉਹ ਚੱਪਲਾਂ ਯਾਰ ਇੱਥੇ ਮੈਂ ਮਾੜਾ ਜਿਹਾ ਘੁੰਮਾ ਪਏ ਆ, ਦੋ ਸੌ ਵਾਲੀਆਂ ਚੱਪਲਾਂ ਉੱਥੇ ਰੱਖਾਂ ਮੈਂ, ਪਾਈਆਂ ਤਾਂ ਗਾਈਸ ਵੀਰੇ ਇਹਦੇ ਚ ਰਿਲੈਕਸ ਹੋ ਆ, ਰਿਲੈਕਸ ਮੇਰੇ ਨਹੀਂ ਰਿਲੈਕਸ, ਰਿਲੈਕਸ ਹੋ ਯਾਰ ਰਿਲੈਕਸ, ਮਾੜੀ ਚੱਪਲਾਂ ਬੰਦ ਆ ਬੰਦ ਆ ਵੀਡੀਓ ਬੰਦ ਆ ਤੂੰ ਤੇਰਾ, ਰਿਲੈਕਸ ਮਾੜੀ ਚੱਪਲਾਂ ਆਪਣੇ ਫਿਰ ਪਾਈ ਨੀ ਕਿਤੇ ਐਵੇਂ ਯਾਰ ਬਈ ਤੈਨੂੰ ਮਾੜਾ ਕਹਿੰਦਾ ਵੀ ਰਿਲੈਕਸ ਵੀ ਰਿਲੈਕਸ ਤੋਂ ਕਹਿੰਦਾ ਵੀ ਮਾੜੀ ਚੱਪਲ ਆ, ਹੁਣੇ ਕਿਹਾ ਨੀ ਹੁਣੇ ਕਿਹਾ ਹੁਣੇ ਕਿਹਾ ਤੂੰ ਵੀਡੀਓ ਚ, ਨਾਲੇ ਮੇਰੇ ਤਾਂ ਪਾਈ ਵੀ ਨੀ ਗੀ, ਮੇਰਾ ਪਾਈ ਆ ਦੂਜੀ ਕੀ ਸੀ ਉਹਦਾ ਨਾਂ, ਚੱਪਲ ਟੇਪ ਦੀ ਨੀ ਸੀਗੀ, ਚੱਪਲ ਕਾਹਦੀ ਸੀ ਉਹ ਹੈਂ ਸਪਾਰਕ, ਨਹੀਂ ਯਾਰ ਚੱਪਲ ਪਤਾ ਨੀ ਯਾਰ ਕਿਹੜੀ ਕੰਪਨੀ ਦੀ ਆ, ਚਲੋ ਉੱਥੇ ਵੀਡੀਓ ਚ ਵੇਖ ਲਾਂਗੇ ਇਹਨਾਂ ਨੂੰ ਵਿਖਾ ਦਾਂਗੇ। ਫਾਊਂਟੇਨ ਵੀ ਬੰਦ ਆ,
ਤੂੰ ਅੱਜ ਹੀ ਬੰਦ ਦੇਖਿਆ ਚੱਪਲਾਂ ਮੈਨੂੰ ਤਲਾ ਤਾਂ ਗਏ ਆ ਰਹੀ ਚੱਪਲ ਹੁਣ ਤੈਨੂੰ ਵਿਖਾਉਂਦਾ ਮੈਂ ਚੱਪਲ ਦੀ ਕੰਪਨੀ ਕਿਹੜੀ ਆ ਕਿਹੜੀ ਆ ਲਿਆ ਲਿਆ ਇਹ ਆ ਜੀ ਨਵਾਂ ਬ੍ਰਾਂਡ ਮੈਪ ਸਟਾਰ ਤੇਰੀਆਂ ਲੈਕਸੋ ਰਿਲੈਕਸੋ ਬ੍ਰਾਂਡ ਬਹੁਤ ਤਗੜਾ ਆਉਣ ਵਾਲਾ ਜਦੋਂ ਵੱਜਦੀ ਹੈ ਨਾ ਉਦੋਂ ਪਤਾ ਲੱਗਦਾ ਫਿਰ ਰਿਲੈਕਸੋ ਚੀਜ਼ ਕੀ ਆ ਮੈਂ ਕੁਛ ਤਾਂ ਭੁੱਲ ਗਿਆ ਭਾਰਾ ਚੱਲ ਰਿਹਾ ਹੈਗਾ ਇੱਥੇ ਇੱਥੇ ਚੱਲਦਾ ਉੱਥੇ ਚੱਲਿਆ ਹੀ ਨਹੀਂ ਹੈ ਉਹ ਵਾਲਾ ਬੰਦ ਪਿਆ ਗਿਆ ਆਹਾ ਪਾਰਕਿੰਗ ਚ ਸੀ ਉਹ ਪਾਰਕਿੰਗ ਚ ਸੀਗਾ ਉਸ ਜਗ੍ਹਾ ਤੇ ਗਾਇਸ ਇੱਕ ਮੈਂ ਵਲੌਗ ਵੀ ਨਹੀਂ ਕੀਤਾ ਜਾਂਦਾ ਮੈਂ ਪਬਲਿਕ ਪਲੇਸ ਤੋਂ ਕਿ ਨਹੀਂ ਮੈਂ ਕੰਫਰਟੇਬਲ ਨਹੀਂ ਕੰਫਰਟੇਬਲ ਮਹਿਸੂਸ ਹੁੰਦਾ ਵਾਹਿਗੁਰੂ ਜੀ ਮੈਨੂੰ ਨਾ ਜਦੋਂ ਮੈਂ ਭੀੜ ਵਾਲੀ ਥਾਂ ਤੇ ਸੱਚ ਮੈਂ ਤੈਨੂੰ ਦੱਸਣ ਲੱਗਾ ਜੇ ਮੌਤ ਹੁੰਦਾ ਨਾ ਮੈਨੂੰ ਹੋ ਰਿਹਾ ਹੁੰਦਾ ਯਾਰ ਮੈਂ ਯਾਰ ਇੱਥੇ ਭੈੜਾ ਲਾ ਦੇਣਾ ਜਿਹੜੀ ਹੁਣ ਇੱਥੇ ਜਮਾਂ ਓਪਨ ਆ ਇੱਥੇ ਕੋਈ ਵਿੱਚ ਇੰਨੇ ਜਾਣੇ ਹੈ ਨਹੀਂ ਗੇ ਨੈਬ ਜੀ ਜਗ੍ਹਾ ਤੇ ਮੈਂ ਵਲੌਗ ਬਣਾ ਲੈਣਾ ਕੱਲ ਵੋਟਾਂ ਵਾਲਾ ਵਲੌਗ ਵੀ ਇਹੀ ਰਹਿ ਗਿਆ ਸੀਗਾ ਉਹਨੇ ਇੱਕ ਲਿਫਟ ਮੈਂ ਹੁਣ ਡਿਲੀਟ ਕੀਤੀ ਮੈਂ ਰਾਹ ਚੰਬੇ ਨੇ ਹਾਂਜੀ ਸਰ ਚੱਲੇ ਚੱਲੇ ਤੂੰ ਬਹਿ ਪਹਿਲਾਂ ਚਲੋ ਜੀ ਹੋਰ ਮਾਲ ਨਾ ਲਾਇਆ ਕਿ ਇਹ ਘਰੇ ਜਾ ਕੇ ਲਾਈ ਦਿੰਦਾ ਨਾ ਤੇ ਯਾਰ ਮੇਰਾ ਵਾਲ ਨਾ ਕਰੇ ਲੈ ਦੇ ਇਹ ਗੱਲ ਸਹੀ ਹੈ ਰਮਾਲ ਨਾ ਘਰੇ ਜਾ ਕੇ ਲਾਉਣਾ ਚਾਹੀਦਾ ਐਕਸਪੀਰੀਅੰਸ ਲੋਕ ਐਂ ਤਾਂ ਬਾਈ ਹੋਰੀ ਥੱਲੋ ਦੀ ਤਾਂ ਬਹੁਤ ਨਕਮ ਦੇ ਰਹੇ ਮੁੰਡੇ ਮੈਂ ਕਿਹਾ ਸੀ ਜਾ ਗਈ ਉੱਥੋਂ ਟ੍ਰੇਨ ਆ ਗਈ ਇੱਥੋਂ ਫਾਈਨਲੀ ਗਾਇਸ ਘਰ ਪਹੁੰਚ ਚੁੱਕੇ ਹਾਂ ਆਈ ਹੋਪ ਜੀ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਨਾਲ ਦੇ ਨੈਕਸਟ ਵਲੌਗ ਦੇ ਨਾਲ ਥੈਂਕ ਯੂ ਫੋਰ ਵਾਚਿੰਗ ਬਾਏ ਬਾਏ